نعره تكبير الله اكبر على سرقان مرتضى الله ਲੰਘੇ ਸ਼ੁੱਕਰਵਾਰ ਦਿੱਲੀ 'ਚ ਕੈਬ ਕਾਨੂੰਨ ਅਤੇ ਪ੍ਰਸਤਾਵਿਤ NCR ਬਿੱਲ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕੈਬ ਖਿਲਾਫ਼ ਮਲੇਰਕੋਟਲਾ 'ਚ ਬੁੱਧਵਾਰ ਇੱਕ ਰੋਸ ਮਾਰਚ 'ਤੇ ਪ੍ਰਦਰਸ਼ਨ ਕੀਤਾ ਗਿਆ ਜਿਸ 'ਚ ਸ਼ਹਿਰ ਦੇ ਮੁਸਲਿਮ ਸਿੱਖ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੂਰੇ ਰੋਸ ਪ੍ਰਦਰਸ਼ਨ ਦੌਰਾਨ ਸਾਡੇ ਸੀਨੀਅਰ ਪੱਤਰਕਾਰ ਕਾਸਿਫ ਫਾਰੂਕੀ ਵੀ ਹਾਜ਼ਰ ਰਹੇ। ਨਮਸਕਾਰ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਮਲੇਰਕੋਟਲਾ ਦੇ ਵਿੱਚ ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਦੇ ਉੱਤੇ ਜ਼ੁਲਮ ਹੋਇਆ, ਉਸ ਦੇ ਖਿਲਾਫ਼ ਸਿੱਖ ਜਥੇਬੰਦੀਆਂ ਨੇ ਮਲੇਰਕੋਟਲੇ ਦੇ ਵਿੱਚ ਮੁਸਲਿਮ ਭਰਾਵਾਂ ਦੇ ਨਾਲ ਇੱਕ ਰੋਸ ਪ੍ਰਦਰਸ਼ਨ ਕੀਤਾ। ਇਹ ਤਸਵੀਰਾਂ ਉਸੇ ਰੋਸ ਪ੍ਰਦਰਸ਼ਨ ਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਲੋਕ ਨੇ ਮੁਸਲਿਮ ਕਮਿਊਨਿਟੀਜ਼ ਦੇ ਔਰ ਸਿੱਖ ਭਾਈਚਾਰੇ ਦੇ ਇਕੱਠੇ ਹੋਏ ਨੇ। ਸਿਮਰਨਜੀਤ ਸਿੰਘ ਮਾਨ ਇਸ ਰੋਸ ਮੁਜ਼ਾਹਰੇ ਦੇ ਵਿੱਚ ਖਾਸ ਤੌਰ 'ਤੇ ਪਹੁੰਚੇ ਨੇ ਔਰ ਇਕੱਲੇ ਮੁਸਲਿਮ ਭਾਈਚਾਰੇ ਨਹੀਂ ਸਗੋਂ ਇਸ ਰੋਸ ਮੁਜ਼ਾਹਰੇ ਦੇ ਵਿੱਚ ਸਿੱਖ ਭਾਈਚਾਰਾ, ਸਥਾਨਕ ਹਿੰਦੂ ਭਾਈਚਾਰਾ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੈ। ਵੱਡੀ ਗਿਣਤੀ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀਆਂ ਜਿਹੜੀ ਕੀਤੀ ਜਾ ਰਹੀ ਹੈ, ਸੈਂਟਰ ਦੇ ਨਵੇਂ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਮਲੇਰਕੋਟਲਾ ਦੇ ਵਿੱਚ ਇੱਕ ਵਾਰ ਫਿਰ ਆਵਾਜ਼ ਬੁਲੰਦ ਕੀਤੀ ਹੈ। ਮਲੇਰਕੋਟਲਾ ਦੀ ਧਰਤੀ ਉਹੀ ਅਜ਼ੀਮ ਪਵਿੱਤਰ ਧਰਤੀ ਹੈ ਜਦੋਂ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਨੂੰ। ਉਸ ਵੇਲੇ ਵੀ ਮਲੇਰਕੋਟਲਾ ਦੀ ਇਸ ਧਰਤੀ ਤੋਂ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਅਰਾ ਮਾਰਿਆ ਸੀ ਸਿੱਖ ਭਾਈਚਾਰੇ ਦੇ ਹੱਕ ਦੇ ਵਿੱਚ, ਅਤੇ ਅੱਜ ਉਸੇ ਆਪਣੀ ਰਵਾਇਤ ਨੂੰ ਅੱਗੇ ਤੋਰਦਿਆਂ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਉਹਨਾਂ ਦੀ ਲੜੀ ਦੇ ਤਹਿਤ ਇਹ ਰੋਸ ਮੁਜ਼ਾਹਰਾ ਮਲੇਰਕੋਟਲਾ ਦੇ ਵਿੱਚ ਵੀ ਕੀਤਾ ਜਾ ਰਿਹਾ। ਮੁਸਲਿਮ, ਸਿੱਖ ਅਤੇ ਹਿੰਦੂ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਜਿਹੜੇ ਲੀਡਰ ਹੈਗੇ ਨੇ ਮਲੇਰਕੋਟਲਾ ਭਾਈਚਾਰੇ ਦੇ ਲੋਕ ਹੈਗੇ ਨੇ ਉਹ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਨੇ। ਸਿੱਖ ਜਥੇਬੰਦੀਆਂ ਵੀ ਖਾਸ ਤੌਰ 'ਤੇ ਮਲੇਰਕੋਟਲਾ ਦੇ ਵਿੱਚ ਆਈਆਂ ਨੇ। ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਟੈਸਟ ਨੂੰ ਲੈ ਕੇ ਕੀ ਚੱਲ ਰਿਹਾ ਔਰ ਕਿੰਨਾ ਕੁ ਹੁੰਗਾਰਾ ਜਿਹੜਾ ਤੁਹਾਡਾ ਮਿਲ ਰਿਹਾ। ਸਾਡੇ ਨਾਲ ਇੱਥੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਹੈਗੇ ਨੇ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਆਗੂ ਨੇ। ਕੀ ਅੱਜ ਜੀ ਪ੍ਰੋਟੈਸਟ ਤੁਸੀਂ ਕੀਤਾ, ਕਿੰਨਾ ਕੁ ਗੁੱਸਾ ਲੋਕਾਂ 'ਚ? ਬਹੁਤ ਜ਼ਿਆਦਾ ਗੁੱਸਾ ਹੈ। ਜਿਹੜਾ ਕਿ ਬਿੱਲ ਸ਼ਾਹ ਬਿੱਲ ਲੈ ਕੇ ਆਉਂਦਾ ਹੈ ਅਤੇ ਅਸੀਂ ਇਹਦੇ ਬਿਲਕੁਲ ਖਿਲਾਫ਼ ਹਾਂ। ਅੱਜ ਜਿਹੜਾ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਸ ਬਿੱਲ ਦੇ ਹੀ ਖਿਲਾਫ਼ ਕੀਤਾ ਜਾ ਰਿਹਾ ਕਿ ਜਿਹੜਾ ਆਇਨ ਤੋਂ ਔਰ ਦਸਤੂਰ ਤੋਂ ਔਰ ਇਨਸਾਨੀਅਤ ਤੋਂ ਹਟ ਕੇ ਬਿੱਲ ਹੈ ਅਸੀਂ ਉਹਦੇ ਖਿਲਾਫ਼ ਹਾਂ। ਇਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਜਿਹਦੇ ਵਿੱਚ ਮੁਸਲਿਮ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਅਤੇ ਉਹਦੇ ਖਿਲਾਫ਼ ਮੁਜ਼ਾਹਰਾ ਕਰ ਰਹੀਆਂ ਨੇ। ਅਸੀਂ ਇਸ ਬਿੱਲ ਦੇ ਖਿਲਾਫ਼ ਹਾਂ ਔਰ ਇਹਨੂੰ ਰਾਸ਼ਟਰਪਤੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ 'ਤੇ ਸਾਈਨ ਨਾ ਕਰਨ ਔਰ ਪੰਜਾਬ ਸੈਂਟਰ ਸਰਕਾਰ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਇਸ ਬਿੱਲ ਨੂੰ ਵਾਪਸ ਲਿੱਤਾ ਜਾਵੇ ਕਿ ਘਾਣਾ ਹਿੰਦੁਸਤਾਨ ਦੇ ਅੰਦਰ ਮਜ਼ਲੂਮਾਂ ਦਾ ਨਾ ਹੋਵੇ ਜਿਹੜਾ ਇਹਨਾਂ ਨੇ ਪਰਸੋਂ ਉਹਦੇ ਜਾਮੀਆ ਮਿਲੀਆ ਇਸਲਾਮੀਆ ਦੇ ਅੰਦਰ ਕੀਤਾ। ਉਹ ਜਗ੍ਹਾ ਦੇ ਬਾਅਦ ਤੋਂ ਵੀ ਭੈੜਾ ਹੈ ਉਹ, ਅਤੇ ਉਹਦੇ ਵੀ ਅਸੀਂ ਖਿਲਾਫ਼ ਹੈ, ਉਹਦੇ ਖਿਲਾਫ਼ ਵੀ ਇਹ ਪ੍ਰੋਟੈਸਟ ਹੋ ਰਿਹਾ ਔਰ ਸਾਡੀ ਅਸੀਂ ਵੀ ਔਰ ਸਾਡੀ ਪਾਰਟੀ ਵੀ ਇਹਦੇ ਖਿਲਾਫ਼ ਹੈ। ਸ਼ੱਕ ਸਾਹਿਬ, ਇਹ ਦੱਸੋ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ, ਰੋਸ ਮੁਜ਼ਾਹਰਾ ਹੋਇਆ, ਕਿੰਨਾ ਕੁ ਗੁੱਸਾ ਜਿਹੜਾ ਜ਼ੁਲਮ ਹੋਇਆ ਦਿੱਲੀ ਪੁਲਿਸ ਨੇ ਲੋਕਾਂ ਦੇ ਉੱਤੇ, ਜਿਹੜੇ ਸਟੂਡੈਂਟ ਨੇ ਉਹਨਾਂ ਦੇ 'ਤੇ ਲਾਠੀਆਂ ਵਰਾਈਆਂ ਨੇ, ਕੀ ਕਹਿਣਾ ਤੁਹਾਡਾ? ਬਹੁਤ ਗਲਤ ਕੀਤਾ ਦਿੱਲੀ ਪੁਲਿਸ ਨੇ ਜੀ, ਮੋਦੀ ਸਰਕਾਰ ਨੇ ਕਾਨੂੰਨ ਲਾ ਕੇ ਬਹੁਤ ਗਲਤ ਕੀਤਾ ਮੁਸਲਮਾਨਾਂ ਨਾਲ ਧੱਕਾ ਜੀ। ਸੋ ਹੁਣ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ, ਕਿਉਂ ਇਕੱਠੇ ਹੋਏ ਹੋ, ਕੀ ਮਕਸਦ ਸੀ ਤੁਹਾਡਾ? ਜਿਹੜਾ ਕਾਨੂੰਨ ਹੈ ਲਾਗੂ ਨਹੀਂ ਹੋਣਾ ਚਾਹੀਦਾ ਜੀ, ਜਿਹੜਾ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਦਿੱਲੀ ਦੇ ਵਿੱਚ ਹੋਇਆ, ਬਹੁਤ ਗਲਤ ਹੋਇਆ ਜੀ, ਇਸ ਵਾਸਤੇ ਅਸੀਂ ਇਕੱਠੇ ਹਾਂ ਜੀ। ਕੀ ਨਾਂ ਜੀ ਤੁਹਾਡਾ? ਇਮਰਾਨ। ਇਮਰਾਨ, ਅੱਜ ਇੱਥੇ ਇਕੱਠੇ ਹੋਏ ਹੋ, ਕਿਉਂ ਹੋਏ ਹੋ? ਇਹ ਕਾਨੂੰਨ ਪਾਸ ਨਹੀਂ ਹੋਣਾ ਚਾਹੀਦਾ ਬਈ, ਇਹ ਬਹੁਤ ਧੱਕਾ ਕਰ ਰਹੇ ਨੇ। ਇਹ ਸਾਰਿਆਂ ਵਾਸਤੇ ਆ, ਹੁੰਦਾ ਤਾਂ ਅਸੀਂ ਮੰਨ ਲੈਂਦੇ, ਇਹ ਇਕੱਲੇ ਮੁਸਲਮਾਨਾਂ ਵਾਸਤੇ ਹੈ, ਬਹੁਤ ਧੱਕਾ ਹੋ ਰਿਹਾ। ਇਹ ਦਿੱਲੀ ਪੁਲਿਸ ਨੇ ਜਿਹੜਾ ਸਟੂਡੈਂਟਾਂ ਨੂੰ ਮਾਰਿਆ, ਇਹਦੇ ਬਹੁਤ ਜ਼ਿਆਦਾ ਗਲਤ ਕੀਤਾ ਹੈ, ਇਹਦੇ ਵਾਸਤੇ ਅਸੀਂ ਇਕੱਠੇ ਹੋਏ ਹਾਂ ਜੀ। ਸੋ ਤੁਸੀਂ ਦੇਖਿਆ ਕਿ ਲੋਕਾਂ ਦੇ ਵਿੱਚ, ਖਾਸ ਕਰਕੇ ਨੌਜਵਾਨਾਂ ਦੇ ਵਿੱਚ, ਇਸ ਕਾਨੂੰਨ ਨੂੰ ਲੈ ਕੇ ਜਿਹੜਾ ਨਾਗਰਿਕਤਾ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਪੂਰੇ ਮੁਲਕ ਦੇ ਵਿੱਚ, ਉਸਦੇ ਖਿਲਾਫ਼ ਗੁੱਸਾ ਹੈਗਾ? ਕੁਝ ਹੋਰ ਲੋਕ ਨੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਰਾਜ ਤੁਹਾਡਾ? ਮੇਰਾ ਨਾਮ ਮੁਸ਼ਤਾਕ ਅਹਿਮਦ ਸਦੀਕੀ ਹੈ। ਮੇਰਾ ਲੜਕਾ ਜਾਮੀਆ ਮਿਲੀਆ ਮੈਂ ਪੜ੍ਹਤਾ ਥਾ
जिस टाइम मैं लाइब्रेरी में पढ़ रहा था, वो वहाँ की पुलिस जो है अंदर घुस करके वो लड़के ने बताया कि लड़कियों के कमरे में जा रहे थे, उनको रोका तो रोकने पे जो है इनके तीन चार दोस्त थे उनको पकड़ के इतना मारा, दो एक लड़के के तो दोनों हाथ तोड़ दिए, मेरे लड़के के यहाँ पे इतना जख्म है वो आया हुआ दिखाया है वो। और रात को जाके जब ये डेढ़ लाख बंदे ने घेरा डाला तब जाके उसको तीन चार बजे के बाद जो है उसको छोड़ा है, तब जाके उसको जो है पानी वगैरह खाना वगैरह मिला। सदीकी साहब कल हकीकत टीवी पंजाबी ने खास तौर पर जोड़ा थोड़े बेटे वो खबर दिखाई सी, सानू ये दसो कि जिस वेले थोड़े बेटे को फड़िया गया उस तो बाद किहोजा माहौल बनया थोड़े घर दे विच, जो कोई खबर खा रही नहीं सी, 6 घंटे तक लगातार डिटेन करके रखा गया। 6 बजे खबर दिया गया है मुझे कि हाँ जी आपका लड़का फंसा गया, अब वो ठीक है, और उसके बाद जो है उसको जो है ले जा करके पानी वगैरह चाय वगैरह पिलाया गया है। उसके पहले पानी भी नहीं पीने को दिया गया उसी को, नहीं जब उसने को जब मारा दाढ़ी रखी हुई थी मुसलमान समझ के इतना मारा उसको, जब मारने के बाद उसने कहा कि भाई मैं तो हिंदू हूँ, क्या जब बताया कि पता लगा कि ये जो है वो दलित है तो उसको और ज़्यादा मारने लगा कि तुझे कन्हैया लाल दूसरा बनाने पैदा करने वाला तो दूसरा कन्हैया लाल हो जाए, इसलिए जो है कहता दोबारा उसको इतना मारा कि वो बेहोश हो गया, बहुत बुरी तरह मारा उसको। केहो जी हुण केहो जी हालात ने तो वो लड़का तो जो है बिस्तर पे ही है, घर पे ही है, तकलीफ बहुत ज़्यादा है, तो बाकी जो है देखो आगे क्या होता है। उधर रोस मार्च उपरंत स्थानक सट्टा चौंक च SDM मलेरकोटला विक्रमजीत सिंह पांथे नू श्रोमणी अकाली दल अमृतसर ने मेमोरेंडम भी दिता, जिसते SDM ने तुरंत लोगों की आवाज DC जरिए केंद्र सरकार नू पहुंचाने का भरोसा दिता। मेमोरेंडम दे विच कीता कि साडे मुसलमानां नाल बहुत ज़्यादा बेइंसाफी हो रही है, नागरिक कानून जिदे विच मुसलमान बाहर रखा गया है ਉਹ ਇਹੋ ਜਿਹਾ ਕਾਨੂੰਨ ਜਨੂਨੀ ਬਣਾਇਆ ਜੋ ਜਮਹੂਰੀਅਤ ਅਤੇ ਸੰਵਿਧਾਨ ਦੇ ਖਿਲਾਫ ਹੈ। ਅਸੀਂ ਸਾਰਿਆਂ ਨੂੰ ਪ੍ਰਕਾਸ਼ ਕੀਤਾ ਮੈਮੋਰੈਂਡਮ ਦੇ ਵਿੱਚ, ਅਤੇ ਸਦਰ ਇੰਡੀਆ ਦੇ ਕੋਲ ਇਹ ਮੈਮੋਰੈਂਡਮ ਜਾਊਗਾ, ਅਤੇ ਅਸੀਂ ਸਦਰ ਨੂੰ ਆਸ ਕਰਦੇ ਹਾਂ ਕਿ ਇਹ ਜਿੰਨੇ ਵੀ ਜਾਬਰ ਕਾਨੂੰਨ ਬਣਾਏ ਹੈ ਇਹਨਾਂ ਨੂੰ ਰੱਦ ਕਰਾ ਦੇ। ਉਹ ਸਾਡੇ ਨਾਲ ਸਿੱਖਾਂ ਦੇ ਨਾਲ ਜੋ ਹਿੰਦੂਆਂ ਦੇ ਮੁਸਲਮਾਨਾਂ ਦੇ ਨਾਲ ਜਿੰਨੇ ਵੀ ਹੁਣ ਤੱਕ ਇਹਨਾਂ ਨੇ ਇੱਦਾਂ ਅਯੁੱਧਿਆ ਮੰਦਰ ਜੋ ਕਸ਼ਮੀਰ ਦੇ ਵਿੱਚ ਜਾਤੀਆਂ ਕੀਤੀਆਂ ਨੇ ਉਹਨਾਂ ਸਾਰੀਆਂ ਜਾਤੀਆਂ ਦੀ ਅਸੀਂ ਸਿਖਰ ਕੀਤੀ, ਔਰ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਇਸ ਗੱਲ ਨੂੰ, ਨਹੀਂ ਤਾਂ ਹਿੰਦੁਸਤਾਨ ਨੂੰ ਇਹਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਜਿਹੜਾ ਸਰ ਅੱਜ ਦਾ ਪ੍ਰੋਗਰਾਮ ਸੀਗਾ ਉਹ ਭਾਜਪਾ ਸਰਕਾਰ ਵੱਲੋਂ ਇੱਕ ਜਿਹੜਾ ਕਾਨੂੰਨ ਪਾਸ ਕੀਤਾ ਗਿਆ, ਐਕਟ ਬਣਾਇਆ ਗਿਆ NRACR ਕੈਬ, ਉਸਦੇ ਅਗੇਂਸਟ ਸੀਗਾ ਕਿਉਂਕਿ ਮੁਸਲਮਾਨਾਂ ਨਾਲ ਇਹ ਇੱਕ ਧੱਕਾ ਕੀਤਾ ਗਿਆ ਆ ਜਿਹੜਾ BJP ਸਰਕਾਰ ਨੇ ਕੀਤਾ। ਸਾਰੇ ਧਰਮਾਂ ਨੂੰ ਇੱਕ ਸੰਵਿਧਾਨ ਤਿਆਰ ਹੋਇਆ ਸੀ ਜਿਸ ਨੂੰ ਸਾਰੇ ਧਰਮਾਂ ਨੂੰ ਇੱਕ ਲੈ ਕੇ ਇੱਕ ਗੁਲਦਸਤਾ ਬਣਾਇਆ ਗਿਆ ਸੀ, ਮਗਰ ਇਹਨਾਂ ਨੇ ਅੱਜ ਉਹ ਗੁਲਦਸਤੇ ਨੂੰ ਤੋੜ ਕੇ ਉਸ ਗੁਲਦਸਤੇ ਦੇ ਫੁੱਲ ਖੰਡੇਰ ਕੇ ਇੱਕ ਇਹਨਾਂ ਨੇ ਸੰਵਿਧਾਨ ਦੇ ਵਿੱਚ ਇੱਕ ਬਿੱਲ ਲਾਗੂ ਕੀਤਾ ਆ, ਉਸ ਬਿੱਲ ਦੇ ਵਿੱਚ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ। ਉਸਦੇ ਅਗੇਂਸਟ ਉਹਨੇ ਪ੍ਰੋਟੈਸਟ ਕੀਤਾ ਕਿ ਸਾਡੇ ਨਾਲ ਵਿਤਕਰਾ ਕਿਉਂ, ਜਦੋਂ ਅਸੀਂ ਵੀ ਆਜ਼ਾਦੀ ਦੇ ਵਿੱਚ ਸ਼ੁਰੂ ਤੋਂ ਹੁਣ ਤੱਕ ਦੇ ਬਰਾਬਰ ਦੇ ਹੱਕਦਾਰ ਹਾਂ ਤਾਂ ਫਿਰ ਸਾਡੇ ਨਾਲ ਅੱਜ ਦੂਜੇ ਦਰਜੇ ਦਾ ਸ਼ਹਿਰੀ ਕਿਉਂ ਬਣਾਇਆ ਗਿਆ ਆ। ਉਸਦੇ ਅਗੇਂਸਟ ਉਹਨੇ ਪ੍ਰੋਟੈਸਟ ਕੀਤਾ ਸੀ, ਔਰ ਜਿਹੜਾ ਸਾਨੂੰ ਮੈਮੋਰੈਂਡਮ ਦਿੱਤਾ ਉਹ 'ਚ ਸਾਨੂੰ ਜਾਮੀਆ ਮਿਲੀ ਯੂਨੀਵਰਸਿਟੀ ਦੇ ਉੱਤੇ ਜੋ ਅੱਤਿਆਚਾਰ ਹੋਇਆ ਔਰ AMU ਯੂਨੀਵਰਸਿਟੀ ਦੇ ਵਿੱਚ ਜੋ ਅੱਤਿਆਚਾਰ ਹੋਇਆ ਉਹ ਸਟੂਡੈਂਟਾਂ ਨਾਲ ਸ਼ਰੇਆਮ ਧੱਕਾ ਹੋਇਆ, ਕਿਉਂਕਿ ਉੱਥੇ ਉਹ ਪੁਲਿਸ ਜਿਹੜੀ ਸੀਗੀ ਉਹ BJP ਦੀ ਨਹੀਂ ਸੀ ਬਲਕਿ BJP ਦੇ ਗੁੰਡੇ ਕਹਿ ਲਓ ਜਿਹੜੇ ਵਿਦਆਊਟ ਯੂਨੀਫਾਰਮ ਉਹਨਾਂ ਨੇ ਅੰਦਰ ਜਾ ਕੇ ਜਿਹੜੀਆਂ ਕੁੜੀਆਂ ਜਾਂ ਬੱਚੀਆਂ ਸੀਗੀਆਂ ਜਾਂ ਛਾਤਰ ਜਿਹੜੇ ਸਟੂਡੈਂਟ ਸੀਗੇ ਉਹ ਲਾਇਬ੍ਰੇਰੀ ਵਿੱਚ ਪੜ੍ਹਦੇ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਨਾਲ ਕੁੱਟਮਾਰ ਕੀਤੀ ਗਈ ਹੈ। ਉਸਦੇ ਅਗੇਂਸਟ ਸਾਨੂੰ ਇਹ ਮੋਰੰਡਮ SDM ਸਾਹਿਬ ਨੂੰ ਦਿੱਤਾ ਹੈ। ਆਪ ਲੋਕਾਂ ਕੇ ਜਜ਼ਬਾਤ ਕੋ ਆਪ ਲੋਕਾਂ ਕੇ ਦਿਲ ਕੇ ਅੰਦਰ ਗੁੱਸੇ ਕੋ ਦੇਖ ਕਰ ਮੈਂ ਯਕੀਨੀ ਤੌਰ ਪਰ ਇਹ ਕਹਿ ਸਕਤਾ ਹੂੰ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ, ਜਬ ਤੱਕ ਇਹ ਬਿੱਲ ਵਾਪਸ ਨਹੀਂ ਹੋ ਜਾਤਾ ਉਸ ਵਕਤ ਤੱਕ ਹਮਾਰੀ ਇਹ ਜੱਦੋਜਹਿਦ ਚਲਤੀ ਰਹੇਗੀ। ਅਗਰ ਇਹ ਇਤਿਹਾਦ ਬਰਕਰਾਰ ਰਹਾ, ਆਪਕੇ ਜਜ਼ਬਾਤ ਬਰਕਰਾਰ ਰਹੇ, ਤੋ ਯਹੀ ਸੁਪਰੀਮ ਕੋਰਟ ਇਨਸ਼ਾ ਅੱਲਾਹ ਇਹ ਕਾਨੂੰਨ ਵਾਪਸ ਲੇਗਾ, ਮੇਰਾ ਪੂਰਾ ਯਕੀਨ ਇਸ ਚੀਜ਼ ਕੇ ਬਾਰੇ ਮੇਂ। ਔਰ ਸ਼ਾਇਦ ਉਨਕੇ ਦਿਲ ਮੇਂ ਇੱਕ ਘਮੰਡ ਪੈਦਾ ਹੋ ਗਿਆ ਹੈ, ਇੱਕ ਕਿਬਰ ਪੈਦਾ ਹੋ ਗਿਆ ਕਿ ਤੀਨ ਤਲਾਕ ਕਾ ਮਸਲਾ ਥਾ ਹਮ ਖਾਮੋਸ਼ ਰਹੇ, ਬਾਬਰੀ ਮਸਜਿਦ ਕਾ ਮਸਲਾ ਰਹਾ ਹਮ ਖਾਮੋਸ਼ ਰਹੇ, ਉਨਕੇ ਦਿਲ ਮੇਂ ਸ਼ਾਇਦ ਇਹ ਬਾਤ ਪੈਦਾ ਹੋਈ ਹਮ ਬੁਝਦਿਲ ਹੋ ਗਏ, ਹਮਾਰੀ ਤਾਰੀਖ ਹੋ ਜਾਨੇ ਕਿ ਟਲ ਨਾ ਸਕਤੇ ਥੇ ਅਗਰ ਜੰਗ ਮੇਂ ਅੜ ਜਾਤੇ ਥੇ, ਪਾਉ ਸ਼ੇਰੋ ਕੇ ਵੀ ਪੈਂਦਾ ਸੇ ਉਖੜ ਜਾਤੇ ਥੇ, ਕੋਈ ਸਰਕਸ ਹੋ ਹਮ ਸੇ ਤੋ ਬਿਗੜ ਜਾਤੇ ਥੇ, ਤੋਪ ਕਿਆ ਚੀਜ਼ ਹੈ ਹਮ ਤੇਗ ਸੇ ਲੜ ਜਾਤੇ ਥੇ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਜੋ ਮੰਗ ਪੱਤਰ ਦਿੱਤਾ ਮੈਂਬਰ
ਪਹਿਲਾਂ ਵੀ ਪ੍ਰੋਟੈਸਟ ਹੋਏ, ਅੱਜ ਵੀ ਇਹ ਪ੍ਰੋਟੈਸਟ ਚੱਲ ਰਿਹਾ ਸੀਗਾ ਜੋ ਕਿ ਉੱਥੇ ਜਾਮੀਆ ਯੂਨੀਵਰਸਿਟੀ ਜੋ ਘਟਨਾ ਵਾਪਰੀ ਹੈ ਉਹਦੇ ਰਿਗਾਰਡਿੰਗ ਇੱਥੇ ਪ੍ਰੋਟੈਸਟ ਕੀਤਾ ਇੱਥੇ ਚੱਲ ਵਾਸੀਆਂ ਨੇ ਅਤੇ ਜੋ ਵੀ ਉਹਨਾਂ ਦੀ ਮੰਗ ਹੈਗੀ ਹੈ ਸਰਕਾਰ ਤੱਕ ਇਹਨੂੰ ਅੱਜ ਹੀ ਪਹੁੰਚਦੀ ਕਰ। ਦੱਸ ਦਈਏ ਕਿ ਕੈਬ ਦੇ ਪ੍ਰਸਤਾਵਿਤ NCR ਦਾ ਪੂਰੇ ਮੁਲਕ 'ਚ ਮੁਸਲਿਮ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਹਕੀਕਤ TV ਪੰਜਾਬੀ ਲਈ ਮਲੇਰਕੋਟਲਾ ਤੋਂ ਅਮਜਦ ਨੰਦਨ ਦੀ ਰਿਪੋਰਟ।